Mas kepada kita yang diurus panjang salah perwas di Liga yang dari tadi juri jadi tadi kuasa fakir telah datang kepada di medan di antara jadi tadi kuasa ini ini kenalnya wasta kepada di pera wasta berada di wujud di kod ustaz Milan Fazimia di antara perwas kepada Liga jitne bhi sade mehman do sabab shay ਅਸਨੈਨ ਜਾਪੀ ਦਾ ਨਾਂ ਆ ਜੀ ਜੱਫਾ ਲੱਗ ਗਿਆ ਜੀ ਉਮੈਰ ਜਾਪੀ ਦਾ ਨਾਂ ਉਮੈਰ ਕਹਿੰਦੇ ਨੇ ਥਾਣੇਦਾਰ ਮੈਨੂੰ ਆਏ ਉਮੈਰ ਆ ਜੋ ਜੀ ਅਸਨੈਨ ਆਪਣੇ ਨਾਮ ਵਸੂਲ ਕਰੋ ਕਮੰਡਰੀ ਬਾਕਸ ਦਾ ਬੜਾ ਹੀ ਹੁੰਦਾ ਔਰ ਜ਼ਬਰਦਸਤ ਤਾਰੀਖੀ ਜੱਫਾ ਲਾਇਆ ਜੀ ਅਸਨੈਨ ਨੇ ਜਵਾਨੀਆਂ ਬਾਣੇ ਆਏ ਥਾਣੇਦਾਰ ਆਏ ਅਗਰ ਤਬੀਅਤ ਆ ਜੀ ਇੱਕ ਦਫਾ ਥਾਣੇਦਾਰ ਵਾਸਤੇ ਤਾੜੀ ਆ ਜੋ ਜੀ ਉਮੈਰ ਥਾਣੇਦਾਰ ਵਸੂਲ ਕਰੋ ਕਮੰਡਰੀ ਬਾਕਸ ਨੂੰ ਮਿਰਜ਼ਾ ਨਵਾਨ ਚੱਕੀ ਹਾਲ ਮੁਕੀਮ ਫਰਾਂਸ ਉਹਨਾਂ ਦੀ ਤਰਫੋਂ ਖਿਡਾਰੀਆਂ ਲਈ ਨਾ ਕਿ ਦੋਸਤਾਂ ਵਧਾਈ ਆ ਥਾਣੇਦਾਰ ਨਾਲ ਬੜੇ ਹੁਣ ਦੱਸਿਆ ਆ ਦੇਖਣਾ ਪਿਆ ਸੀ ਥਾਣੇਦਾਰ ਉਮੈਰ ਆਏ ਹੋ ਜੀ ਉਮੈਰ ਜੀ ਪੰਜ ਤਨ ਸ਼ਾਲਾ ਕਿਨਾਰੇ ਵਾ ਉਮੈਰ ਵਾ ਕੰਮ ਔਖਾ ਮਿਸਲ ਪਾਇਆ ਜ਼ਬਰਦਸਤ ਰੇਡਰ ਬੜੀ ਤਾਰੀਖਾਂ ਦਾ ਮਾਲਕ ਹੈ ਮਿਰਜ਼ਾ ਖੁਰਮ ਬੇਗ ਆਸ ਖਤਰੇ ਵਾਲਾ ਟਾਕ ਸਪੈਸ਼ਲਿਸਟ ਜੀ ਦੀ ਟਾਕ ਹੈ ਪੰਜ ਪੰਜ ਆਇਆ ਤਾਂ ਪਿਆ ਆਇਆ ਜੀ ਵਾਲੇ ਤੇ ਆਦਰ ਆਕਲ ਮੇਰੀ ਵਾਲਾ ਬੜਾ ਹੀ ਤਗੜਾ ਜਾ ਰੇਡਰ ਤਸੀਰ ਸਾਹ ਥਾਣੇਦਾਰ ਅੱਜ ਅਗਲੇ ਪਿਛਲੇ ਸਾਰੇ ਵੱਟ ਕਰਦੇ ਬੈਠੇ ਇਹ ਪਤਾ ਨਹੀਂ ਕਿਸ ਕਿਸ ਗੱਲ ਦਾ ਰੋਹ ਕਰਦੇ ਬੈਠੇ ਗਦਾਰ ਅੱਜ ਇਹ ਥਾਣੇਦਾਰ ਵਾ ਉਮੈਰ ਵਾ ਜੀ ਉਮੈਰ ਜੀ ਜਵਾਨੀਆਂ ਮਾਰੇ ਉਮੈਰ ਵਾ ਲਗਾਤਾਰ ਚੌਥ ਸਤ ਬਿਸਮਿਲਲਾ ਫਖਰੇ ਜ਼ਿਲ੍ਹਾ ਗੁਜਰਾਤ ਫਖਰੇ ਤਹਿਸੀਲ ਸਾਲੰਗੀ ਫਖਰੇ ਖਤਰੇ ਆਲਾ ਪਹਿਲਵਾਨ ਮਿਰਜ਼ਾ ਖੁਰਮ ਬਸ਼ੀਰ ਆਫ ਖਤਰੇ ਆਲਾ ਅੱਜ ਦੇ ਇਸ ਕਮੇਟੀ ਮੈਚ ਦੀ ਤਸ਼ਰੀਫ ਲੈ ਕੇ ਆ ਚੁੱਕੇ ਔਰ ਸਟੇਜ ਤੇ ਮੌਜੂਦ ਜੀ ਆਏ ਨੂੰ ਸਤਿ ਸ੍ਰੀ ਅਕਾਲ ਹਾਂ ਜੀ ਜਾਫੀ ਭਗਤ ਕੈ ਸਾਈ ਦਾ ਨਾਮ ਰੇ ਦਾ ਨਾਮ ਮੋਸਨ ਸਮੇਤ ਆਲਾ ਚੌਧਰੀ ਮੋਸਨ ਪਹਿਲਾ ਵਾਰਾ ਦਾ ਪਹਿਲਾ ਜੱਫਾ ਬੜਾ ਹੀ ਜ਼ਬਰਦਸਤ ਜੱਫਾ ਜੀ ਬੜੀ ਟੈਕਨੀਕਲ ਕਬੱਡੀ ਖੇਡ ਰਿਹਾ ਆਪਣੀ ਟੀਮ ਪ੍ਰਵਾਸ ਕਬੱਡੀ ਕਲੱਬ ਪੰਜੇ ਸ਼ਹਿਰੀ ਦਸੂ ਕਿਆ ਜ਼ਬਰਦਸਤ ਅੰਦਾਜ਼ ਹੈ ਜੀ ਕਿਆ ਉਮਦਾ ਟੈਕਨੀਕ ਹੈ ਕਿਆ ਖੂਬਸੂਰਤ ਕਿੱਤੇ ਪ੍ਰਵਾਸ ਕਬੱਡੀ ਕਲੱਬ ਪੰਜੇ ਸ਼ਹਿਰਾਂ ਦੇ ਜਾਫੀਆਂ ਦੀ ਤਸਵੀਰ ਅਗਰ ਤਬੀਅਤ ਰਾਜ਼ੀ ਹੈ ਇੱਕ ਦਫਾ ਖੁੱਲੇ ਦਿਲ ਨਾਲ ਆਪਣੇ ਮਹਿਮਾਨਾਂ ਨੂੰ ਤਾੜੀ ਮਿਲਾ ਕੇ ਉਹਨਾਂ ਦਾ ਹੌਸਲਾ ਅਫਜ਼ਾਈ ਕਰੋ ਯਾਰ ਹਾਂ ਕਬੱਡੀ ਕਬੱਡੀ ਹੋਣੀ ਚਾਹੀਦੀ ਹੈ ਕਬੱਡੀ ਦਾਜ ਕਬੱਡੀ ਨੂੰ ਹੈ ਹਾਂ ਜੀ ਅਤਲ ਜੀ ਆਇਓ ਸੁਪਰ ਫਿਟ ਰੇਡਰ ਪੈਰਾਂ ਦਾ ਤਿੱਖਾ
ਮਲਕ ਸਕਲੈਨ ਕਾਰਖਵਾਰ ਪਹਿਲਾ ਰੇਡ ਕਰਨੇ ਹੋਇਆ ਤਹਿਸੀਲ ਸਿਆਲਮਗੀ ਦੀ ਤਰਫੋਂ ਬੜਾ ਹੀ ਤਗੜਾ ਜਾਪੀ ਕੈਂਚੀ ਲੱਗ ਚੁੱਕੀ ਹੈ ਵੇਖਣਾ ਪੈਸੀ ਬੁੱਕ ਸ਼ਿਕੰਜੇ ਅੰਦਰ ਹੈ ਕੰਮ ਔਖਾ ਲੱਗਣਾ ਔਰ ਅੱਠ ਕਿਲਾ ਦੀ ਤਜੀ ਸਕਲੈਨ ਦੇਖਣਾ ਪੈਸੀ ਨਹੀਂ ਹੈਗੀ ਅਈਏ ਜੀ ਕਿਆ ਮੁਸ਼ਕੀ ਜਾ ਰਹੀ ਹੈ ਜ਼ੋਰ ਅਜ਼ਮਾਈ ਜਾ ਰਹੀ ਹੈ ਹਾਂਜੀ ਹਸਨ ਬਲਾਲ ਜੀ ਹਸਨ ਬਲਾਲ ਜੀ ਟੀਮ ਕਪਤਾਨ ਪੰਜਨ ਸ਼ਾਣਾ ਪਰਵਾਸ ਆਓ ਜੀ ਇਨਾਮ ਵਸੂਲ ਕਰੋ ਜੀ ਆਹਦ ਅਲੀ ਆ ਗਿਓ ਆਹਦ ਅਲੀ ਆਪਣਾ ਇਨਾਮ ਵਸੂਲ ਕਰੋ ਜੀ ਆਦਰ ਸਾਈ ਦਾ ਨਾਮ ਆਦਰ ਆਦਰ ਜੱਟ ਕਾਰ ਨਹੀਂ ਆਇਓ ਆਦਰ ਆ ਜਿਓ ਆਪਣਾ ਇਨਾਮ ਵਸੂਲ ਕਰੋ ਜੀ ਆਦਰ ਮਿਰਜ਼ਾ ਨਮਾਨ ਚੱਕਰੀ ਦੀ ਤਰਫੋਂ ਜਨਾਬ ਜਿਹੜਾ ਵੀ ਖਿਡਾਰੀ ਜਾਪੀ ਜਾਂ ਸਾਈ ਆਪਣਾ ਇਨਾਮ ਵਸੂਲ ਕਰੋ ਜੀ ਕਮੈਂਟਰੀ ਬਾਕਸ ਤੋਂ ਵਾਹ ਦਾਊਦ ਵਾਹ ਸਿੰਗਲ ਪਸਲੀਆ ਦਾਊਦ ਕੰਮ ਵੱਡਾ ਕਰ ਛੜੀਏ ਦਾਊਦ ਜਵਾਨੀਆਂ ਮਣ ਮਿਰਜ਼ਾ ਨਮਾਨ ਚੱਕਰੀ ਤਰਫੋਂ ਆਇਆ ਹਮਜ਼ਾ ਆਏ ਆਏ ਹਮਜ਼ਾ ਹਮਜ਼ਾ ਘੋੜਾ ਸ਼ਗੀਦ ਮਿਰਜ਼ਾ ਨਮਾਨ ਚੱਕਰੀ ਕਾਰ ਖਤਰੇ ਵਾਲਾ ਦੂਸਰਾ
ਪੁਆਇੰਟ ਜੋੜਿਆ ਆਪਣੀ ਟੀਮ ਤਹਿਸੀਲ ਸਿਆਲਮਗੀਰ ਕਬੱਡੀ ਕਲੱਬ ਨੇ। ਹਸੀਬ ਬਿਜਲੀ ਵਾਲਿਦ ਹੈ, ਲੇਕਿਨ ਆ ਗਈ ਜਾਨ ਸ਼ਿਕੰਜੇ ਅੰਦਰ, ਪੁਆਇੰਟ ਜੋੜਿਆ ਜੀ ਆਪਣੀ ਟੀਮ ਲਈ ਹਾਰਸ। ਹਾਂਜੀ, ਕੋਈ ਵੀ ਰੇਡਰ ਧਾਕ ਮਾਰ ਕੇ ਪੁਆਇੰਟ ਹਾਸਲ ਕਰਿਆ ਤਾਂ ਜਨਾਬ ਧਾਕ ਸਪੈਸ਼ਲਿਸਟ ਤਹਿਸੀਲ ਸਿਆਲਮਗੀਰ ਦੇ ਧਾਕ ਮਾਰਨ ਦੇ ਵਿੱਚ ਪਹਿਲਾ ਨੰਬਰ ਮਿਰਜ਼ਾ ਖੁਰਮ ਬਸ਼ੀਰ ਅਫਕਰੀ ਵਾਲਾ, ਉਹਨਾਂ ਦੀ ਤਰਫੋਂ ਇਹ ਐਲਾਨ ਹੈ ਕਿ 1000 ਰੁਪਇਆ ਉਸ ਰੇਡਰ ਵਾਸਤੇ ਹੈ ਕਿ ਜਿਹੜਾ ਧਾਕ ਮਾਰ ਕੇ ਪੂਰੀ ਤਿਆਰੀ ਵਿੱਚ ਜਾਤੀ ਵੀ ਤਗੜਾ, ਹਾਰਸ ਬੋਲ ਵੀ ਹਾਰਸ, ਕੰਮ ਔਖਾ ਆਇਓ ਆਹਦ ਆਏ। ਜੀ ਜਿਹੜਾ ਬੰਦਾ ਵੀ ਤਹਿਸੀਲ ਸਿਆਲਮਗੀਰ ਦਾ ਰੇਡਰ ਥਾਣੇਦਾਰ ਕੋਈ ਜੈ ਨਸਰ ਇੱਧਰ ਆ ਕੇ 500 ਰੁਪਇਆ ਤੋਂ ਲਈ ਕਮਰ ਕੋਲ ਲੈ ਲਵੇ, ਹਾਂ ਥਾਣੇਦਾਰ ਕੋਲ ਨਿਕਲ ਲੈ ਤੇ 500 ਰੁਪਇਆ ਲੈਣੇ, ਹਾਂ ਫਿਰ ਉਸ ਸਾਈ ਨੂੰ ਸਾਈ ਮੰਨਿਆ ਜਿਹੜਾ ਥਾਣੇਦਾਰ ਕੋਲ। ਜੀ ਅਤਲਟ ਜੀ ਵਾਲਿਦ ਜੀ ਆਹਦ ਅਲੀ ਪਹਿਲਾਂ ਤਾਂ ਇੰਤਾਲੀ ਦੇਖਾ, ਬੜੀ ਟੈਕਨੀਕਲ ਕਬੱਡੀ ਖੇਡਦਾ ਜੀ ਆਹਦ, ਕਾਮਯਾਬ ਨਹੀਂ ਹੋਇਆ, ਜਿਹਨੂੰ ਹੱਥ ਲਾਏ 6 ਜੱਫੇ, ਵਾਹ ਮੈਨ ਵਾਹ, ਤਾਂ ਇਸੀ ਜੱਫੇ ਲਾ ਸਕਦੇ ਖੇਡਦਾ। ਜ਼ੁਬੈਰ ਖਾਨ ਪਠਾਨ ਜਾਪੀ ਤਹਿਸੀਲ ਸਰਾਏ ਆਲਮਗੀਰ, ਜ਼ੁਬੈਰ ਖਾਨ ਪਾਣੀ ਛੋੜੇ ਆਪਣੀ ਟੀਮ ਲਈ, ਵਾਲਾ ਦਾ ਜ਼ੁਬੈਰ ਖਾਨਾ ਵਾ, ਆਣ ਜ਼ੁਬੈਰ ਖਾਨਾ ਕੀ ਤਰਾਸ਼ਾ, ਦਿਲ ਤਰਾਸ਼ਾ ਲਾ ਕੇ ਜ਼ੁਬੈਰ ਖਾਨਾ, ਹਮਜ਼ਾ ਸਾਈ ਦਾ ਨਾਮ ਹਮਜ਼ਾ, ਆਓ ਜੋ ਚੌਧਰੀ ਕਮਲ ਸਾਹਿਬ ਦੀ ਤਰਫੋਂ ਇੱਧਰ ਆਓ, ਜ਼ੁਬੈਰ ਖਾਨਾ ਸਾਰੀ ਗੱਲ ਕੇ ਕੋਈ ਗੱਲ ਨਹੀਂ, ਕੀ ਟਾਈਮ ਹੈ ਇੱਧਰੋਂ ਲੈ ਲਓ। ਇਰਫਾਨ ਫਖਰ ਕੁੜਾ ਜੱਟਾ ਦੂਜਾ ਵਾਰਾ ਪੁਆਇੰਟ ਜੋੜੇ ਆਪਣੀ ਟੀਮ ਨੇ, ਆ ਜਾਓ ਜੀ ਆਫਸ ਜੀ ਆ ਜਾਓ, ਹਾਂਜੀ ਪੁਆਇੰਟ ਜਾਪੀ ਦਾ, ਪੁਆਇੰਟ ਜੀ ਜਾਪੀ ਦਾ ਤਹਿਸੀਲ ਸਿਆਲਮਗੀਰ, ਹਾਫਿਜ਼ ਸਾਹਿਬ ਆਪਣਾ ਇਨਾਮ ਵਸੂਲ ਕਰਨ ਆ ਗਿਆ, ਠੇਕੇਦਾਰ ਸਾਹਿਬ ਮੇਰੇ ਕੋਲ ਬੈਠੇ ਪਿੱਛੇ, ਜੀ ਠੇਕੇਦਾਰ ਸਾਹਿਬ ਨੂੰ ਬੰਦਾ ਵੈਸੇ ਨਾ ਸਿਆ ਤਾਂ ਬੜੀ ਗੱਲ ਹੈ ਜੀ, ਕੋਈ ਵੀ ਖਿਡਾਰੀ ਜਿਹੜਾ ਵੀ ਰੇਡਰ ਢਾਕ ਮਾਰ ਕੇ ਪੁਆਇੰਟ ਹਾਸਲ ਕਰਿਆ, ਕਿਉਂਕਿ ਢਾਕ ਵਾਲਿਆਂ ਨੂੰ ਢਾਕ ਹੀ ਪਸੰਦ ਹੈ, ਮਿਰਜ਼ਾ ਖੁਰਮ ਬਸ਼ੀਰ ਨੇ ਬੜੀ ਬੜੀ ਟਾਕ ਮਾਰੀ ਹੈ, ਬੜੇ ਬੜੇ ਚੋਟ, ਬੜੀ ਸੋਹਣੀ ਕਬੱਡੀ ਖੇਡੀ ਹੈ, ਔਰ ਅੱਜ ਬੜਾ ਹੀ ਤਗੜਾ ਮੁਕਾਬਲਾ ਹੋਇਆ, ਇਸ ਲਿਹਾਜ਼ ਨਾਲ ਅਜੇ ਤੱਕ ਤਹਿਸੀਲ ਸਿਆਲਮਗੀਰ
ਕਿ ਨਾਲ ਕਿਸੇ ਟੀਮ ਦੀ ਇਹੋ ਜਿਹੀ ਟੱਕਰ ਨਹੀਂ ਹੋਈ ਜਿਹੜੀ ਟੱਕਰ ਅੱਜ ਜਿਹੜਾ ਟਾਕਰਾ ਅੱਜ ਹੋਇਆ ਪੰਜੇ ਸ਼ਾਲੇ ਦੇ ਨਾਲ। ਹਾਂ ਉਹਨਾਂ ਵੀ ਸਿਰ ਬਣਾਇਆ ਸੀ ਕਿ ਪੁਆਇੰਟ ਲੈਣਾ ਹੀ ਲੈਣਾ ਜੀ। ਜਵਾਨਾ ਜੀ ਟੀਮ ਕੋਚ ਪਰਵਾਜ਼ ਕਬੱਡੀ ਕਲੱਬ ਜਿਨ੍ਹਾਂ ਦੇ ਮੁਫੱਸਲ ਹੁਸੈਨ ਸਾਹਿਬ ਮੁਬਾਰਕਬਾਦ ਦੇ ਮੁਸਤਹਿਕ ਨੇ ਜਿਨ੍ਹਾਂ ਦੀ ਟੀਮ ਨੇ ਜ਼ਬਰਦਸਤ ਖੇਡ ਦਾ ਮੁਜ਼ਾਹਰਾ ਕੀਤਾ ਔਰ ਤਾਰੀਖੀ ਮੈਚ ਖੇਡਿਆ ਔਰ ਇਸ ਇਲਾਕੇ ਦੇ ਅੰਦਰ ਨਾਂ ਰੋਸ਼ਨ ਕੀਤਾ ਆਪਣੀ ਟੀਮ ਪੰਜਾਬ ਸ਼ਾਲਾ ਦਾ। ਉਸਤਾਦ ਦਾਦ ਸਾਹਿਬ ਉਹਨਾਂ ਨੂੰ ਵੀ ਮੁਬਾਰਕਬਾਦ ਹੈ। ਉਸਤਾਦ ਦਾਦ ਸਾਹਿਬ ਜਿਹੜੇ ਟੀਮ ਕੋਚ ਅੱਜ ਆਖਰੀ ਗੱਲ ਆ ਜੀ।